ਦੋਸਤੋ ਮੰਗਲ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਅੱਜ ਕੱਲ੍ਹ ਸ਼ੁਰੂ ਕੀਤੀ ਹੋਈ ਹੈ ਜੀ ਕਿਤਾਬ ਮੈਂ ਇੱਕ ਧੀ ਹਾਂ, ਤੁਹਾਡੇ ਨਾਲ ਸਾਂਝੀ ਕਰਨੀ। ਅਤੇ ਅੱਜ ਆਪਾਂ ਇਹਦੀ 8ਵੀਂ ਕਿਸ਼ਤ ਪੜ੍ਹਾਂਗੇ, ਟੋਟਲ ਇਹਦੀਆਂ 39 ਕਿਸ਼ਤਾਂ। ਉਮੀਦ ਕਰਦਾ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸੋ ਧੀ ਦੇ ਕੁਝ ਚਾਅ ਇਹਦੇ ਵਿੱਚ ਬਿਆਨ ਕੀਤੇ ਆ ਕਿ ਕਾਸ਼ ਮੈਨੂੰ ਪਤਾ ਲੱਗੇ ਕਿ ਦੁਨੀਆ ਕਿੱਦਾਂ ਚੱਲਦੀ ਆ, ਕਿਉਂਕਿ ਉਹਦੀ ਜ਼ਿੰਦਗੀ ਇੱਕ ਮੈਲ ਦੇ ਵਿੱਚ ਮੈਲੀ ਹੋ ਕੇ ਜਦੋਂ ਰਹਿ ਜਾਂਦੀ ਆ ਅਤੇ ਉਹ ਆਪਣੇ ਆਪ ਮਨ ਨਾਲ ਕੁਝ ਗੱਲਾਂ ਕਰਦੀ ਆ, ਉਹ ਕੀ ਆ। ਮੈਲੀ ਚੁੰਨੀ ਵਿੱਚ ਲੁੱਕ ਰੋਵਾਂ, ਮੈਲੀ ਚੁੰਨੀ ਵਿੱਚ ਲੁੱਕ ਰੋਵਾਂ, ਜਦ ਕੁਝ ਲਿਖਿਆ ਨਜ਼ਰੀ ਆਏ। ਮੈਲੀ ਚੁੰਨੀ ਵਿੱਚ ਲੁੱਕ ਰੋਵਾਂ, ਜਦ ਕੁਝ ਲਿਖਿਆ ਨਜ਼ਰੀ ਆਏ, ਸਾਰੀ ਦੁਨੀਆ ਕੀਕਾਂ ਚੱਲਦੀ, ਇਹੋ ਹੀ ਗੱਲ ਦਿਲ ਨੂੰ ਖਾਏ। ਰਹਾਂ ਸੋਚਦੀ ਰਾਤ ਹਨੇਰੀ, ਕਿਉਂ ਧੀਆਂ ਨੂੰ ਚੂੰਡ ਕੇ ਖਾਏ। ਕਿਉਂ ਧੀ ਝੱਲੀ ਮੂਰਖ ਬਣ ਕੇ, ਕਿਸੇ ਮੰਜੇ ਦਾ ਬਾਣ ਕਹਾਏ। ਆਏ ਦਿਨ ਹੀ ਬੋਡੀ ਹੋ ਹੋ, ਹਰ ਪਲ ਭੁਰ ਭੁਰ ਮੁੱਕਦੀ ਜਾਏ। ਨਾਲ ਬੋਝ ਦੇ ਟੁੱਟਣ ਵਾਲੀ, ਨਾਲ ਬੋਝ ਦੇ ਟੁੱਟਣ ਵਾਲੀ, ਆਪਣੀ ਹਸਤੀ ਆਪ ਮਿਟਾਈ। ਕਿਉਂ ਨਾ ਕੋਈ ਬਾਬਲ ਪਿਆਰਾ, ਕਿਉਂ ਨਾ ਕੋਈ ਬਾਬਲ ਪਿਆਰਾ, ਇਹਦੇ ਲਈ ਖੁਸ਼ੀਆਂ ਸੁੱਖ ਚਾਹੇ। ਇਸ ਗੁਲਾਮੀ ਦੇ ਕੈਦੇ ਨੂੰ ਸੱਚ ਦੀ ਭੱਠੀ ਵਿੱਚ ਜਲਾਏ। ਦੂਰ ਰਿਵਾਜ਼ਾਂ ਦੇ ਮੁਲਕ ਤੋਂ, ਦੂਰ ਰਿਵਾਜ਼ਾਂ ਦੇ ਮੁਲਕ ਤੋਂ ਸੋਹਣਾ ਜਿਹਾ ਇੱਕ ਬਾਗ ਲਵਾਏ। ਕਿਹੜੇ ਫੁੱਲ ਦਾ ਕਿਹੜਾ ਨਾਂ ਆਏ, ਰੀਝ ਪਿਆਰ ਨਾਲ ਖੁਦ ਸਮਝਾਏ। ਧੀ ਵੀ ਆਪਣੇ ਧੀ ਹੋਣ ਦਾ ਥੋੜ੍ਹਾ ਬਹੁਤਾ ਮਾਣ ਕਮਾਏ। ਪਤਾ ਨਹੀਂ ਕਦ ਉਹ ਜੁੱਗ ਆਵੇ, ਧੀ ਪੁੱਤ ਵਿੱਚ ਜੋ ਫਰਕ ਮਿਟਾਏ। ਪਤਾ ਨਹੀਂ ਕਦ ਉਹ ਜੁੱਗ ਆਵੇ, ਧੀ ਪੁੱਤ ਵਿੱਚ ਜੋ ਫਰਕ ਮਿਟਾਏ। ਸੋ ਉਮੀਦ ਕਰਦਾ ਜੀ ਤੁਹਾਨੂੰ ਵਧੀਆ ਲੱਗਿਆ ਹੋਊਗਾ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਸਤਿ ਸ਼੍ਰੀ ਅਕਾਲ ਜੀ।